ਗੱਲ ਅੱਜ ਦੀ ਅੱਜ ਦੀ ਗੱਲ ਦੋਸਤੋ ਅਮਰੀਕਾ ਦੇ ਸਿਆਸੀ ਹਾਲਾਤ ਬਾਰੇ ਅਮਰੀਕਾ ਦੇ ਵਿੱਚ ਸਿਆਸੀ ਹਾਲਾਤ ਪਿਛਲੇ ਦਿਨਾਂ ਤੋਂ ਬੜੀ ਤੇਜ਼ੀ ਨਾਲ ਬਦਲ ਰਹੇ ਆ ਉੱਥੇ ਕਈ ਤਰ੍ਹਾਂ ਦੇ ਸੰਕਟ ਵੀ ਖੜੇ ਹੋ ਰਹੇ ਆ ਅੱਜ ਇਸ ਗੱਲ ਬਾਰੇ ਆਸ ਕੀਤੀ ਜਾਂਦੀ ਹੈ ਕਿ ਹਾਊਸ ਮੈਂ ਸਵਿਧਾਨ ਦੀ 25ਵੀਂ ਸੋਧ ਅਨੁਸਾਰ ਰਾਸ਼ਟਰਪਤੀ ਟਰੰਪ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਲਈ ਵੋਟ ਪਾਉਣੀ ਹੈ 20 ਤਰੀਕ ਨੂੰ ਉਹਨਾਂ ਨੇ ਵੈਸੇ ਵੀ ਚਲੇ ਜਾਣਾ ਪਰ ਹਾਊਸ ਉਹਨਾਂ ਨੂੰ ਉਹਦੇ ਤੋਂ ਪਹਿਲਾਂ ਹਟਾਉਣ ਲਈ ਵੋਟ ਪਾ ਰਿਹਾ ਹਾਊਸ ਸਪੀਕਰ ਐਨੰਸੀ ਪਲੋਸੀ ਨੂੰ ਅੱਜ ਜਦੋਂ ਹਾਊਸ ਵਿੱਚ ਜਾਣ ਤੋਂ ਪਹਿਲਾਂ ਪੁੱਛਿਆ ਕਿ ਐਮਪੀਚਮੈਂਟ ਤਰਣੇ ਇਹ ਸਵਾਲ ਦਾ ਜਵਾਬ ਦੇਣ ਤੋਂ ਨਾ ਕਰ ਦਿੱਤੇ ਰੈਨਸਿਪਲੋਸੀ ਨੇ ਕਿਹਾ ਕਿ ਉਹ ਇੱਕੋ ਵੇਲੇ ਇੱਕੋ ਕੰਮ ਕਰ ਸਕਦੇ ਜਵਾਬ ਤੁਹਾਨੂੰ ਸ਼ਮਾ ਆਉਣ ਤੇ ਮਿਲ ਜਣਾ ਤੇ ਐਕਸ਼ਵਲੇ ਪੂਰੀ ਦੁਨੀਆ ਦੀ ਨਿਗਾ ਅਮਰੀਕਾ ਵੱਲ ਲੱਗੀ ਆ ਕਿ ਉੱਥੇ ਕੀ ਹੁੰਦਾ ਦੂਜੇ ਪਾਸੇ ਦੂਜੇ ਪਾਸੇ ਰਾਸ਼ਟਰਪਤੀ ਟਰੰਪ ਹੁਣਾਂ ਇਹ ਗੱਲ ਕਹੀ ਹੈ ਕਿ ਜੇਕਰ ਉਹਨਾਂ ਉੱਪਰ ਮਹਾਦੋਸ਼ ਚਲਾ ਕੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਇਆ ਜਾਂਦਾ ਜਾਨੀ ਕਿ 20 ਜਨਵਰੀ ਤੋਂ ਪਹਿਲਾਂ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਤਾਂ ਇਹ ਬਹੁਤ ਹੀ ਖਤਰਨਾਕ ਅਤੇ ਭਿਆਨਕ ਹੋਵੇਗਾ ਤੇ ਦੋ ਸ਼ਬਦ ਬੜੇ ਮਹੱਤਵਪੂਰਨ ਨੇ ਜਿਹੜੇ ਉਹਨਾਂ ਨੇ ਵਰਤੇ ਆ ਤੇ ਇਹ ਗੱਲ ਵੀ ਕਹੀ ਹੈ ਉਹਨ ਦੇਸ਼ ਦੇ ਵਿੱਚ ਬਹੁਤ ਸਾਰਾ ਗੁੱਸਾ ਫੈਲੂਗਾ ਦੂਜੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਉੱਤੇ ਇਸ ਗੱਲ ਵੱਲ ਇਸ਼ਾਰਾ ਕਰ ਦਿੱਤਾ ਕਿ ਜੋ ਜੇ ਉਹਨਾਂ ਨੂੰ ਪੀਚ ਕੀਤਾ ਜਾਂਦਾ ਤਾਂ ਜੋ ਕੁਝ ਕੈਪੀਟਲ ਬਿਲਡਿੰਗ ਉੱਪਰ ਹੋਇਆ ਉਹ ਪੂਰੇ ਦੇਸ਼ ਵਿੱਚ ਪੂਰੇ ਅਮਰੀਕਾ ਦੇ ਵਿੱਚ ਹੋ ਸਕਦਾ ਰਾਸ਼ਟਰਪਤੀ ਟਰੰਪ ਨੇ ਇਹ ਗੱਲ ਕਹੀ ਆ ਕਿ ਉਹ ਹਿੰਸਾ ਦੇ ਬਿਲਕੁਲ ਹੱਕ ਵਿੱਚ ਨਹੀਂ ਆ ਉਹ ਹਿੰਸਾ ਨਹੀਂ ਚਾਹੁੰਦੇ ਪਰ ਨਾਲ ਹੀ ਉਹਨਾਂ ਨੇ ਕੈਪੀਟਲ ਹਿੱਲ ਉੱਪਰ ਹਮਲਾ ਕਰਨ ਵਾਲੀ ਭੀੜ ਦਾ ਅਸਿੱਧੇ ਸ਼ਬਦਾਂ ਵਿੱਚ ਸਮਰਥਨ ਵੀ ਕੀਤਾ ਕੀ 트럼ਪ ਸਮਰਥਕ ਸੱਚਮੁੱਚ ਅਮਰੀਕਾ ਵਿੱਚ 20 ਜਨਵਰੀ ਤੋਂ ਪਹਿਲਾਂ ਕੋਈ ਹੋ ਹੱਲਾ ਕਰ ਸਕਦੇ ਆ ਐਫ ਵੀ ਆਈ ਨੇ ਬੀਤੇ ਕੱਲ ਇਹਦੇ ਸੰਬੰਧੀ ਵਾਰਨਿੰਗ ਦਿੱਤੀ ਆ ਕਿ ਦੇਸ਼ ਦੀਆਂ ਸਾਰੀਆਂ 50 ਦੀਆਂ 50 ਸਟੇਟਾਂ ਵਿੱਚ ਹਥਿਆਰਬੰਦ ਮਜ਼ਾਰੇ ਹੋ ਸਕਦੇ ਆ ਜਦੋਂ ਕੈਪੀਟਲ ਬਿਲਡਿੰਗ ਉੱਪਰ ਹਮਲਾ ਹੋਇਆ ਸੀ ਉਹ ਤੋਂ ਪਹਿਲਾਂ ਅਮਰੀਕਾ ਦੀ ਕਿਸੇ ਵੀ ਖੁਫੀਆ ਏਜੰਸੀ ਨੇ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਸੀ ਪਰ ਹੁਣ ਐਫ ਵੀ ਆਈ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਉਹਨਾਂ ਕੋਲ ਇਸ ਗੱਲ ਦੀ ਸੂਚਨਾ ਆ ਕਿ 16 ਜਨਵਰੀ ਤੋਂ ਲੈ ਕੇ 20 ਜਨਵਰੀ ਤੱਕ ਜਿਹੜੀ ਇਨੈਗੂਰੇਸ਼ਨ ਡੇ ਵਾਲੇ ਦਿਨ ਵਿੱਚਕਾਰ ਹਥਿਆਰਬੰਦ ਪ੍ਰਦਰਸ਼ਨ ਹੋ ਸਕਦੇ ਆ ਤੇ ਜੇ ਰਾਸ਼ਟਰਪਤੀ 트ੰਪ ਨੂੰ ਅੰਪੀਚ ਕੀਤਾ ਜਾਂਦਾ ਤੇ ਉਹਨਾਂ ਨੂੰ 20 ਜਨਵਰੀ ਤੋਂ ਪਹਿਲਾਂ ਅਹੁਦੇ ਤੋਂ ਹਟਾਇਆ ਜਾਂਦਾ ਤਾਂ ਇਹ ਮੁਜ਼ਾਰੇ ਹੋਰ ਵੀ ਜ਼ਿਆਦਾ ਤੇ ਖਤਰਨਾਕ ਹੋ ਸਕਦੇ ਆ ਤੇ ਲੋਕ ਪੜਕ ਸਕਦੇ ਆ ਰਾਸ਼ਟਰਪਤੀ ਉੱਪਰ ਪਿਛਲੇ ਸਮੇਂ ਵਿੱਚ ਭੀੜ ਨੂੰ ਢਕਾਉਣ ਦੇ ਦੋਸ਼ ਲੱਗਦੇ ਰਹੇ ਆ ਇਸ ਬੰਦੀ ਜਿਹਨਾਂ ਦੇ ਫੇਸਬੁੱਕ ਤੇ ਟਵਿੱਟਰ ਅਕਾਊਂਟ ਜਿਹੜੇ ਰਾਸ਼ਟਰਪਤੀ ਦੇ ਅਕਾਊਂਟ ਬੰਦ ਕੀਤਾ ਤਾਂ ਉਹਦੇ ਤੋਂ ਬਾਅਦ 트াম্প ਸਮਰਥਕਾਂ ਨੇ ਇੱਕ ਐਪ ਜਿਹਦਾ ਨਾਮ ਪੌਪੂਲਰ ਆ ਉਹ ਡਾਊਨਲੋਡ ਕਰਨੇ ਸ਼ੁਰੂ ਕਰ ਦਿੱਤੇ ਇਸ ਜ਼ਰੀਏ ਇੱਕ ਦੂਜੇ ਨਾਲ ਜੁੜਨ ਲੱਗੇ ਸ਼ਨੀਵਾਰ ਦੀ ਰਾਤ ਨੂੰ Apple Google ਤੇ Amazon ਨੇ ਇਸ ਐਪ ਨੂੰ ਆਪਣੇ ਸਟੋਰਸ ਤੋਂ ਹਟਾ ਦਿੱਤਾ ਸਮਝਣ ਦੀ ਗੱਲ ਇਹ ਆ ਕਿ ਸਿਚੁਏਸ਼ਨ ਕੀ ਬਣ ਰਹੀ ਆ ਕਿ ਜਿਹੜੀਆਂ ਕੰਪਨੀਆਂ ਨੇ ਉਹ ਇਹਨਾਂ ਚੀਜ਼ਾਂ ਨੂੰ ਟਵਿੱਟਰ Facebook ਜਾਂ ਜਿਹੜੀ ਐਪ ਡਾਊਨਲੋਡ ਕਰ ਰਹੇ ਉਹਨਾਂ ਨੂੰ ਹਟਾ ਰਹੇ ਆ ਤੇ ਦੇਸ਼ ਦਾ ਰਾਸ਼ਟਰਪਤੀ ਇਹਨਾਂ ਦੇ ਉੱਪਰ ਇੱਕ ਤਰੀਕੇ ਦੋਸ਼ ਕੀ ਲੱਗ ਰਿਹਾ ਹੈ ਕਿ ਦੇਸ਼ ਦਾ ਰਾਸ਼ਟਰਪਤੀ ਭੀੜ ਨੂੰ ਭੜਕਾਉਣ ਦਾ ਯਤਨ ਕਰ ਰਿਹਾ ਹੈ Amazon ਨੇ ਪੌਪਲਰ ਨੂੰ ਇੱਕ ਪੱਤਰ ਦੇ ਵਿੱਚ ਲਿਖਿਆ ਕਿ ਉਹਨੇ ਆਪਣੀ ਸਾਈਟ ਉੱਤੇ ਕੰਪਨੀਆਂ ਨੂੰ ਹਿੰਸਾ ਉਤਸ਼ਾਹਿਤ ਕਰਨ ਵਾਲੀਆਂ 98 ਪੋਸਟਾਂ ਦੀਆਂ ਉਦਾਹਰਣਾਂ ਭੇਜੀਆਂ ਇਹਨਾਂ ਵਿੱਚ ਬਹੁਤ ਸਾਰੀਆਂ ਪੋਸਟਾਂ ਅਜੇ ਵੀ ਮੌਜੂਦ ਹਨ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਕੀ ਰਾਸ਼ਟਰਪਤੀ ਨੂੰ ਅੰਪੀਚ ਕੀਤਾ ਜਾਂਦਾ ਯਾਨੀ ਕਿ ਉਹਨਾਂ ਉੱਪਰ ਮਹਾਦੋਸ਼ ਲਾਇਆ ਜਾਂਦਾ ਅਮਰੀਕਾ ਵਿੱਚ ਦੇਸ਼द्रोह ਰਿਸ਼ਵਤ ਵਰਗੇ ਮਾਮਲਿਆਂ ਦੇ ਵਿੱਚ ਸੰਸਦ ਦੇ ਹੇਠਲੇ ਹਾਊਸ ਆਫ ਰਿਪਰੈਜ਼ੈਂਟੇਟਿਵ ਵਿੱਚ ਸੰਸਦ ਦਾ ਜਿਹੜਾ ਹੇਠਲਾ ਸਦਨ ਹਾਊਸ ਆਫ ਰਿਪਰੈਜ਼ੈਂਟੇਟਿਵ ਉਹਦੇ ਵਿੱਚ ਮਹਾਦੋਸ਼ਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ ਹਾਊਸ ਆਫ ਰਿਪਰੈਜ਼ੈਂਟੇਟਿਵ ਵਿੱਚ 51% ਦੀ ਮੈਂਬਰਾਂ ਦੀ ਸਹਿਮਤੀ ਨਾਲ ਇਹ ਪ੍ਰੋਸੈਸ ਅੱਗੇ ਜਾਂਦਾ ਸਦਨ ਚ ਪਾਸ ਹੋਣ ਤੋਂ ਬਾਅਦ ਇਹਨੂੰ ਜਿਊਰੀ ਕੋਲ ਭੇਜਿਆ ਜਾਂਦਾ ਜਿਊਰੀ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਕਰਦੇ ਆ ਜਿਊਰੀ ਦੇ ਸਾਹਮਣੇ ਰਾਸ਼ਟਰਪਤੀ ਆਪਣੇ ਵਕੀਲ ਨਾਲ ਆਪਣਾ ਪੱਖ ਪੇਸ਼ ਕਰਦਾ ਤੇ ਜਿਊਰੀ ਵਿੱਚੋਂ ਪਾਸ ਹੋਣ ਤੋਂ ਬਾਅਦ ਇਹਨੂੰ ਸੰਸਦ ਦੇ ਉੱਪ ਜਾਣੀ ਕਿ ਸੈਨੇਟ ਚ ਭੇਜਿਆ ਜਾਂਦਾ ਸੈਨੇਟ ਵਿੱਚ ਇਹਨੂੰ ਮਨਜ਼ੂਰੀ ਲਈ 67% ਦੀ ਵੋਟਾਂ ਹੋਣੀਆਂ ਜ਼ਰੂਰੀ ਹੈ ਸੋ ਥੋੜਾ ਜਿਹਾ ਇਹ ਇੰਨਾ ਸਿੱਧਾ ਪ੍ਰੋਸੈਸ ਵੀ ਨਹੀਂ ਗੁੰਝਲਦਾਰ ਪ੍ਰੋਸੈਸ ਆ ਅਮਰੀਕਾ ਵਿੱਚ ਹੁਣ ਤੱਕ ਤਿੰਨ ਰਾਸ਼ਟਰਪਤੀਆਂ ਨੂੰ ਪੀਚ ਕੀਤਾ ਗਿਆ ਐਂਡਰਿਓ ਜੌਨਸਨ ਬਿਲ ਕਲੈਂਟਨ ਤੇ ਡੋਨਾਲਡ ਟਰੰਪ ਇਹਨਾਂ ਤਿੰਨ ਵਿੱਚੋਂ ਕੋਈ ਵੀ ਦੋਸ਼ੀ ਨਹੀਂ ਪਾਇਆ ਗਿਆ ਵਾਟਰਗੇਟ ਸਕੈਂਡਲ ਦੇ ਵਿੱਚ ਰਿਚਰਡ ਨਿਕਸਨ ਉੱਪਰ ਕਾਰਵਾਈ ਹੋਣ ਵਾਲੀ ਸੀ ਕਿ ਲੇਕਿਨ ਉਹਦੇ ਤੋਂ ਪਹਿਲਾਂ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਸਲ ਦੇ ਵਿੱਚ ਕਿਸੇ ਦੇਸ਼ ਦੇ ਵਿੱਚ ਇਹ ਕੁਝ ਪਲ ਹੁੰਦੇ ਆ ਜਿਹੜੇ ਇਤਿਹਾਸ ਬਣ ਜਾਂਦੇ ਆ ਇਹ ਪਲ ਚੰਗੇ ਵੀ ਹੋ ਸਕਦੇ ਆ ਮਾੜੇ ਵੀ ਹੋ ਸਕਦੇ ਆ ਬਿਨਾਂ ਸ਼ੱਕ ਇਸ ਵੇਲੇ ਅਮਰੀਕਾ ਇਤਿਹਾਸ ਸਿਰਜ ਰਿਹਾ ਇਹ ਕਿਧਰਲੇ ਪਾਸੇ ਦਾ ਇਤਿਹਾਸ ਹੋਵੇਗਾ ਇਹ ਵੀ ਗੱਲ ਦੇਖਣ ਵਾਲੀ ਆ ਅਮਰੀਕਾ ਦੇ 243 ਸਾਲਾਂ ਦੇ ਇਤਿਹਾਸ ਵਿੱਚ ਚੌਥਾ ਮੌਕਾ ਹੋਣਾ ਜਦੋਂ ਰਾਸ਼ਟਰਪਤੀ ਖਿਲਾਫ ਇਹ ਕਾਰਵਾਈ ਹੋਣੀ ਆ ਐਂਡਰਿਊ ਜான்ਸਨ ਉੱਪਰ ਦੁਰਾਚਾਰ ਤੇ ਅਪਰਾਧ ਦੇ ਦੋਸ਼ ਲੱਗੇ ਸੀ ਬਿਲ ਕਲਿੰਟਨ ਉੱਪਰ ਝੂਠੀ ਗਵਾਹੀ ਦਾ ਦੋਸ਼ ਲੱਗਿਆ ਸੀ ਡੋਨਲਡ ਟਰੰਪ ਉੱਪਰ ਆਪਣੀ ਤਾਕਤ ਦੀ ਦੁਰਵਰਤੋਂ ਦਾ ਦੋਸ਼ ਲੱਗਿਆ ਸੀ ਐਂਡਰਿਊ ਜான்ਸਨ ਉੱਪਰ ਦੋਸ਼ 19ਵੀਂ ਸਦੀ ਵਿੱਚ ਲੱਗਿਆ ਸੀ ਬਿਲ ਕਲਿੰਟਨ ਉੱਪਰ ਦੋਸ਼ 20ਵੀਂ ਸਦੀ ਵਿੱਚ ਲੱਗਿਆ ਸੀ ਤੇ ਟਰੰਪ ਉੱਪਰ ਦੋਸ਼ 21ਵੀਂ ਸਦੀ ਵਿੱਚ ਲੱਗਿਆ ਜਫਾਰ ਰਜ਼ਮੀ ਦਾ ਇੱਕ ਸ਼ੇਰ ਯਾਦ ਆ ਰਿਹਾ ਕਿ ਇਸ ਰਾਜ਼ ਕੋ ਕਿਆ ਜਾਣੇ ਸਾਹਲ ਕੇ ਤਮਾਸ਼ਾਈ ਹਮ ਡੂਬ ਕੇ ਸਮਝੇ ਹਾਂ ਦਰਿਆ ਤਰੀ ਗਹਿਰਾਈ ਇਹ ਜ਼ਬਰ ਵੀ ਦੇਖਾ ਹੈ ਤਾਰੀਖ ਕੀ ਨਜ਼ਰੋਂ ਨੇ ਲਮਹੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ